ਹੈਲੋ ਐਂਡ ਵੈਲਕਮ ਟੂ ਅਨ ਅਕੈਡਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਨਸੂਰੇਸ਼ਨ ਦਾ ਆਪਾਂ ਜਿਹੜਾ ਪਾਰਟ ਆ ਜੀ ਉਹ ਕਰਨਾ ਗਾ ਅੱਜ 13 ਟ੍ਰੈਪੀਜ਼ੀਅਮ। ਠੀਕ ਆ, ਅੱਜ ਥੋੜ੍ਹਾ ਜਿਹਾ ਪਾਰਟ ਇਹ ਡਿਫੀਕਲਟ ਹੋਊਗਾ। ਡਿਫੀਕਲਟ ਤਾਂ ਨਹੀਂ, ਜਿਨ੍ਹਾਂ ਨੇ ਪਹਿਲੀ ਵਾਰ ਪੜ੍ਹਨਾ ਉਹਨਾਂ ਨੂੰ ਡਿਫੀਕਲਟ ਲੱਗੂਗਾ ਹੀ। ਠੀਕ ਹੈ, ਇਸ ਤੋਂ ਪਹਿਲਾਂ ਮੈਂ ਇਸੇ ਕਰਕੇ ਕਹਿ ਰਿਹਾ ਕਿ ਇਸ ਤੋਂ ਪਹਿਲਾਂ ਜਿਹੜੀਆਂ ਪ੍ਰੀਵੀਅਸ ਵੀਡੀਓ ਉਹ ਸਾਰੀਆਂ ਤੁਸੀਂ ਦੇਖ ਲਓ, ਪ੍ਰੋਪਰਟੀਜ਼ ਆ ਜਿਹੜੀਆਂ ਸਾਰੀਆਂ ਇੰਪੋਰਟੈਂਟ ਬਣਦੀਆਂ। ਸੋ ਤੁਸੀਂ ਮੈਨੂੰ ਅਨਅਕੈਡਮੀ 'ਤੇ ਫੋਲੋ ਕਰ ਸਕਦੇ ਹੋ, ਫੋਲੋ ਮੀ ਔਨ ਅਨਅਕੈਡਮੀ। ਅਨਅਕੈਡਮੀ 'ਤੇ ਮੈਂ GS ਕਰਵਾ ਰਿਹਾ ਹੈਗਾ। ਅਨਅਕੈਡਮੀ ਐਪ ਤੁਸੀਂ ਪਲੇ ਸਟੋਰ ਤੋਂ ਇੰਸਟਾਲ ਕਰਨੀ ਹੈ। ਪਲੇ ਸਟੋਰ ਤੋਂ ਇੰਸਟਾਲ ਕਰਨ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਜਾਣਾ, ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਮੇਰੀਆਂ ਵੀਡੀਓਜ਼ ਤੱਕ ਪਹੁੰਚ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਜਿਹੜੇ ਉਹ ਮੇਰੀ ਵੀਡੀਓਜ਼ ਦੀਆਂ ਬਿਨ। ਸੋ ਪਹਿਲਾਂ ਤੁਸੀਂ ਅਨਅਕੈਡਮੀ ਨੂੰ ਇੰਸਟਾਲ ਕਰ ਲੈਣਾ, ਫਿਰ ਉਸ ਤੋਂ ਬਾਅਦ ਲਿੰਕ 'ਤੇ ਜਾ ਕੇ ਕਲਿੱਕ ਕਰ ਲੈਣਾ, ਤੁਹਾਨੂੰ ਸਾਰੇ ਜਿਹੜੇ ਚੈਪਟਰ ਉਹ ਮਿਲ ਜਾਣਗੇ। ਉੱਥੇ ਮੈਂ GS ਦਾ ਪੋਰਸ਼ਨ ਕਰਵਾ ਰਿਹਾ। ਸੋ ਜਿਨ੍ਹਾਂ ਨੇ ਪੁੱਡਾ ਕਲਰਕ ਦਾ ਪੇਪਰ ਭਰਿਆ ਹੋਇਆ, ਦੱਸਦਾ ਕਿ ਉਹਨਾਂ ਨੂੰ ਪੁੱਡਾ ਕਲਰਕ ਵਾਸਤੇ ਮੈਂ ਸਪੈਸ਼ਲ ਉੱਥੇ MCQ ਕਰਵਾ ਰਿਹਾ। MCQ ਉੱਥੇ ਹੋ ਰਹੇ ਆ। ਸੋ MCQ ਜੇ ਤੁਸੀਂ ਕਰਨਾ ਤਾਂ ਅਨਅਕੈਡਮੀ ਐਪ ਇੰਸਟਾਲ ਕਰੋ। ਉੱਥੇ ਮੈਂ ਪੁੱਡਾ ਕਲਰਕ ਦੇ ਸਪੈਸ਼ਲ MCQ, ਉਹਦੇ ਵਿੱਚ ਪੰਜਾਬ GK ਵੀ ਆ, ਉਹਦੇ ਵਿੱਚ ਹਿਸਟਰੀ ਵੀ ਆ, ਉਹਦੇ ਵਿੱਚ ਪੋਲੀਟੀ ਵੀ ਆ, ਪੰਜਾਬੀ ਵਿਆਕਰਨ ਵੀ ਤੁਹਾਨੂੰ ਅੱਜ ਸ਼ਾਮ ਤੱਕ ਮਿਲ ਜੂਗੀ। ਪੰਜਾਬੀ ਵਿਆਕਰਨ 'ਤੇ ਵੀ ਮੈਂ ਕੁਝ ਬਣਾ ਦੇ। ਠੀਕ ਹੈ, ਸੋ ਇਹ ਇੰਪੋਰਟੈਂਟ ਬਣ ਗਿਆ ਕਿ ਮੈਨਸੂਰੇਸ਼ਨ ਦਾ ਪਾਰਟ 13। ਸੋ ਜਿਨ੍ਹਾਂ ਨੇ ਅੱਜ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਬੈਲ ਆਈਕਨ ਦੱਬਦਿਆ ਕਰੋ, ਉਹਦੇ ਨਾਲ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਜ਼ਰੂਰ ਮਿਲ ਜਾ ਕਰੋਗੇ। ਠੀਕ ਹੈ, ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ, ਟੈਲੀਗ੍ਰਾਮ ਗਰੁੱਪ ਆ, ਫੇਸਬੁੱਕ ਗਰੁੱਪ ਆ, ਤੁਸੀਂ ਸਾਰੇ ਜੁਆਇਨ ਕਰ ਸਕਦੇ ਹੋ। ਸੋ ਟ੍ਰੈਪੀਜ਼ੀਅਮ ਸੀਗਾ, ਜਿਵੇਂ ਕਿ ਆਪਾਂ ਇਸ ਤੋਂ ਪਹਿਲਾਂ ਪੈਰਲੋਗ੍ਰਾਮ, ਯਾਨੀ ਕਿ ਜਿਹੜਾ ਪੈਰਲੋਗ੍ਰਾਮ ਹੋ ਗਿਆ, ਚਤੁਰਭੁਜ ਸਾਰੀਆਂ ਪੜ੍ਹੀਆਂ ਸੀਗੀਆਂ, ਰੋਹੰਬਸ ਹੋ ਗਿਆ, ਠੀਕ ਹੈ, ਰੈਕਟੈਂਗਲ ਹੋ ਗਿਆ, ਪੈਰਲ, ਠੀਕ ਹੈ, ਸੋ ਇਹ ਆਪਾਂ ਸਾਰਾ ਪੜ੍ਹਿਆ ਸੀਗਾ। ਠੀਕ ਹੈ, ਸਕੇਅਰ ਹੋ ਗਿਆ, ਠੀਕ ਹੈ। ਸੋ ਆਪਾਂ ਟ੍ਰੈਪੀਜ਼ੀਅਮ ਪੜ੍ਹਨਾ, ਟ੍ਰੈਪੀਜ਼ੀਅਮ ਵੀ ਇੱਕ ਤਰ੍ਹਾਂ ਦਾ ਚਤੁਰਭੁਜ ਹੀ ਆ, ਜਿਹਦੀਆਂ ਦੋ ਭੁਜਾਵਾਂ ਜਿਹੜੀਆਂ ਉਹ ਪੈਰਲਰ ਹੁੰਦੀਆਂ। ਠੀਕ ਹੈ, ਦੋ ਭੁਜਾਵਾਂ ਜਿਹੜੀਆਂ ਪੈਰਲਰ ਹੁੰਦੀਆਂ, ਅਤੇ ਜਿਹੜੀਆਂ ਦੋ ਭੁਜਾਵਾਂ ਹੁੰਦੀਆਂ ਬਾਕੀ ਉਹ ਅਨਪੈਰਲਰ ਹੁੰਦੀਆਂ। ਠੀਕ ਹੈ, ਯਾਨੀ ਕਿ ਇਹ ਇੱਕ ਦੂਜੇ ਦੇ ਪੈਰਲਰ ਨਹੀਂ ਹੈਗੀਆਂ। ਜਿਹੜੀਆਂ ਅਨਪੈਰਲਰ ਭੁਜਾਵਾਂ, ਪ੍ਰੋਪਰਟੀ ਦੱਸ ਰਿਹਾ ਕਿ ਜਿਹੜੀਆਂ ਅਨਪੈਰਲਰ ਭੁਜਾਵਾਂ ਹੈ ਉਹ ਬਰਾਬਰ ਵੀ ਹੋ ਸਕਦੀਆਂ ਇੱਕ ਦੂਜੇ 'ਤੇ, ਯਾਨੀ ਕਿ ਐਕਸ, ਯਾਨੀ ਇਹ ਬਰਾਬਰ ਵੀ ਹੋ ਸਕਦੀਆਂ ਇੱਕ ਦੂਜੇ 'ਤੇ, ਅਤੇ ਬਰਾਬਰ ਨਹੀਂ ਵੀ ਹੋ ਸਕਦੀਆਂ। ਠੀਕ ਹੈ, ਬਰਾਬਰ ਵੀ ਹੋ ਸਕਦੀਆਂ, ਬਰਾਬਰ ਨਹੀਂ ਹੋ ਸਕਦੀਆਂ, ਯਾਨੀ ਕਿ ਇਹ ਬਰਾਬਰ ਵੀ ਹੋ ਸਕਦੀਆਂ, ਬਰਾਬਰ ਨਹੀਂ ਵੀ ਹੋ ਸਕਦੀਆਂ। ਅਤੇ ਜਿਹੜੀਆਂ ਪੈਰਲਰ ਹੈ ਉਹ ਤਾਂ ਤੁਹਾਨੂੰ ਦੇਖਣ 'ਚ ਹੀ ਪਤਾ ਲੱਗਦਾ ਹੋਊਗਾ ਕਿਹੜੀਆਂ ਜੀ ਪੈਰਲਰ, ਜੇ ਇਹ ਏ ਆ ਅਤੇ ਇਹ ਬੀ ਆ, ਯਾਨੀ ਕਿ ਦੋਨੇ ਅਲੱਗ ਅਲੱਗ ਹੋਣਗੀਆਂ। ਸੋ ਜੇ ਮੈਂ ਏਰੀਆ ਦੀ ਗੱਲ ਕਰਾਂ, ਏਰੀਆ ਆਫ ਟ੍ਰੈਪੀਜ਼ੀਅਮ, ਏਰੀਆ ਆਫ ਟ੍ਰੈਪੀਜ਼ੀਅਮ ਦੀ ਗੱਲ ਜੇ ਕਰਾਂ ਤਾਂ ਇਹਦਾ ਫਾਰਮੂਲਾ ਹੋਊਗਾ 1.2 ਪੈਰਲਰ ਸਾਈਡਸ ਦਾ ਜੋੜ A+B ਇੰਟੂ ਹਾਈਟ। ਜੇ ਮੈਂ ਇੱਥੇ ਹਾਈਟ ਖਿੱਚਦਾ, ਠੀਕ ਹੈ, ਤਾਂ ਇਹ ਹਾਈਟ ਯਾਨੀ H ਤਾਂ ਇੰਟੂ ਹਾਈਟ 1.2, ਚਾਹੇ ਹਾਈਟ ਇੱਧਰ ਹੋਵੇ ਬਰਾਬਰ ਹੀ ਹੋਊਗੀ। ਠੀਕ ਹੈ, ਸੋ 1.2 A+B ਇੰਟੂ ਹਾਈਟ, ਤਾਂ ਇਹ ਇਹਦਾ ਫਾਰਮੂਲਾ ਗਾ, ਇਹ ਤੁਸੀਂ ਨੋਟ ਕਰ ਲੈਣਾ ਗਾ। ਠੀਕ ਹੈ, ਜੇ ਮੈਂ ਡਾਇਗਨਲ ਦੀ ਗੱਲ ਕਰਾਂ, ਦੋਨਾਂ ਦੇ ਡਾਇਗਨਲ ਅੱਡ ਅੱਡ ਹੀ ਹੋਣਗੇ। ਅੱਡ ਅੱਡ ਕਿਵੇਂ ਹੋਣਗੇ? ਜੇ ਇਹ ਭੁਜਾਵਾਂ ਬਰਾਬਰ ਨਹੀਂ ਹੈਗੀਆਂ। ਜੇ ਇਹ ਭੁਜਾਵਾਂ ਬਰਾਬਰ ਆ, ਫਿਰ ਤਾਂ ਡਾਇਗਨਲ ਬਰਾਬਰ ਹੀ ਆ, ਓਬਵੀਅਸਲੀ ਗੱਲ ਆ, ਇੱਥੋਂ ਖਿੱਚ ਲਓ ਭਾਵੇਂ ਇੱਥੋਂ ਖਿੱਚ ਲਓ, ਫਿਰ ਤਾਂ ਡਾਇਗਨਲ ਬਰਾਬਰ ਹੀ ਆਊਗਾ। ਬਟ ਜੇ ਇਹ ਭੁਜਾ ਬਰਾਬਰ ਨਹੀਂ ਹੈਗੀਆਂ, ਤਾਂ ਜੇ ਇੱਧਰੋਂ ਕਰਾਂਗੇ ਤਾਂ ਇੱਧਰੋਂ ਡਾਇਗਨਲ ਹੋਰ ਆਊਗਾ, ਇੱਧਰੋਂ ਕਰਾਂਗੇ ਤਾਂ ਡਾਇਗਨਲ ਹੋਰ ਆਊਗਾ। ਠੀਕ ਹੈ, ਸੋ ਕੁਸ਼ਚਨ ਇਹ ਵੀ ਬਣ ਜਾਂਦਾ ਹੁੰਦਾ ਕਿ ਡਾਇਗਨਲ ਕੱਢੋ। ਠੀਕ ਹੈ, ਜੇ ਤੁਹਾਨੂੰ ਸਾਈਡਾਂ ਯਾਨੀ ਕਿ ਬਰਾਬਰ ਦਿੱਤੀਆਂ ਹੋਈਆਂ ਤਾਂ ਡਾਇਗਨਲ 1 ਹੀ ਨਿਕਲੂਗਾ, ਜੇ ਤੁਹਾਨੂੰ ਸਾਈਡਾਂ ਇਹ ਅੱਡ ਅੱਡ ਦਿੱਤੀਆਂ ਹੋਈਆਂ ਤਾਂ ਡਾਇਗਨਲ 2 ਨਿਕਲਣਗੇ। ਠੀਕ ਹੈ, ਸੋ ਇਸ ਤਰ੍ਹਾਂ ਨਾਲ ਕੁਸ਼ਚਨ ਬਣਨਗੇ। ਸੋ ਆਪਾਂ ਸਿੰਪਲ ਕੁਸ਼ਚਨ ਨਾਲ ਸਟਾਰਟ ਕਰਦੇ ਹਾਂ। ਠੀਕ ਹੈ, ਸਿੰਪਲ ਕੁਸ਼ਚਨ ਨਾਲ ਸਟਾਰਟ ਆਪਾਂ ਕਰਾਂਗੇ ਕਿ ਤੁਹਾਨੂੰ ਲੈਂਥ ਆਫ ਪੈਰਲਰ ਸਾਈਡਸ ਆਫ ਟ੍ਰੈਪੀਜ਼ੀਅਮ 8 and 6 cm, ਇਹਨੂੰ 8 ਲੈ ਲਓ, ਇਹਨੂੰ 6 ਲੈ ਲਓ, 8 and 6 cm। ਅਤੇ ਜਿਹੜੀਆਂ ਅਦਰ ਸਾਈਡਸ ਆ, ਠੀਕ ਹੈ, ਉਹ ਵੀ ਤੁਹਾਨੂੰ ਦਿੱਤੀਆਂ ਹੋਈਆਂ, ਜਾਂ ਉਹਨਾਂ ਦੀ ਲੋੜ ਵੀ ਨਹੀਂ, ਤੁਹਾਨੂੰ ਹਾਈਟ ਦੇ ਤੀ। ਠੀਕ ਹੈ, ਹਾਈਟ ਤੁਹਾਨੂੰ ਕਹਿਤਾ ਕਿ ਜਿਹੜੀ ਹਾਈਟ ਆ ਉਹ ਹੈਗੀ ਆ 6 cm। ਠੀਕ ਹੈ, ਹਾਈਟ ਜਿਹੜੀ 6 cm, ਤਾਂ ਏਰੀਆ ਪਤਾ ਕਰੋ। ਸੋ ਸਿੰਪਲ ਜੀ ਗੱਲ ਆ, 1.2 ਇਹਨਾਂ ਦੋਨਾਂ ਦਾ ਜੋੜ 14 ਆਜੂਗਾ, ਇੰਟੂ 6 ਆ ਗਿਆ, ਤਾਂ 2 × 7 = 14 and 6 × 7 = 42, ਤਾਂ 42 cm² ਸਕੇਅਰ ਆ ਜਿਹੜਾ ਏਰੀਆ ਆਫ ਟ੍ਰੈਪੀਜ਼ੀਅਮ ਆਜੂਗਾ। ਸੌਖਾ ਕੁਸ਼ਚਨ, ਠੀਕ ਹੈ, ਇਸ ਤਰ੍ਹਾਂ ਦੇ ਕੁਸ਼ਚਨ ਆਉਂਦੇ ਰਹਿੰਦੇ ਆ, ਸਿੰਪਲ ਕੁਸ਼ਚਨ। ਇਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਡਿਫਰੈਂਟ ਕਰਦੇ ਹਾਂ ਕੁਸ਼ਚਨ। ਡਿਫਰੈਂਟ ਕੁਸ਼ਚਨ ਕੀ ਹੈ ਕਿ ਮੰਨ ਲਓ ਤੁਹਾਨੂੰ ਸਾਈਡ ਏਰੀਆ ਆ ਸੋਰੀ ਲੈਂਥ ਆਫ ਪੈਰਲਰ ਸਾਈਡਸ ਆਫ ਟ੍ਰੈਪੀਜ਼ੀਅਮ ਇਜ਼ ਇਨ ਰੇਸ਼ੋ, ਰੇਸ਼ੋ ਦੇ ਦਿੱਤੀ ਤੁਹਾਨੂੰ ਇਹਨਾਂ ਦੀ, ਯਾਨੀ ਕਿ ਜੇ ਇਹ ਏ ਆ ਅਤੇ ਇਹ ਬੀ ਆ, ਇਹਨਾਂ ਦੋਨਾਂ ਦੀ ਰੇਸ਼ੋ ਦੇ ਤੀ, A/B ਕਹਿੰਦੇ 4:5 ਹੈ। ਠੀਕ ਹੈ, ਅਤੇ ਹਾਈਟ ਜਿਹੜੀ ਤੁਹਾਨੂੰ ਉਹ ਦੇ ਤੀ 20 ਦੇ ਤੀ। ਠੀਕ ਹੈ, ਲੈਂਥ ਆਫ ਹਾਈਟ ਜਿਹੜੀ ਹੈਗੀ ਉਹ ਤੁਹਾਨੂੰ 20 ਦੇ ਤੀ। ਏਰੀਆ ਦੇ ਤਾ ਤੁਹਾਨੂੰ ਏਰੀਆ ਕਹਿੰਦੇ 270 ਹੈ। ਠੀਕ ਹੈ, ਏਰੀਆ 270 cm² ਹੈ। ਸੋ ਕਹਿੰਦੇ ਇਹਨਾਂ ਦੀ ਜਿਹੜੀ ਲੈਂਥ ਆ ਏ ਅਤੇ ਬੀ ਉਹ ਕੱਢੋ। ਤਾਂ ਸਿੰਪਲ ਜੀ ਗੱਲ ਹੈ, ਤੁਹਾਨੂੰ ਪਤਾ ਕਿ ਜਿਹੜਾ ਏਰੀਆ ਹੁੰਦਾ ਗਾ ਉਹ ਕਿਹਦੇ ਬਰਾਬਰ ਹੁੰਦਾ, 1.2 A+B ਇੰਟੂ
हाइट। सो जे मान लो मैं गल करा 270 एक बटा दो ता एह ए प्लस बी किन्ना हो जूगा 9 हो जूगा। जे मान लो मैंने एक्स मानना सो 9x आ जूगा 4x 5x तो 9x आ जूगा। सो 9x इंटू हाइट, हाइट किन्नी है 20 है ठीक है। तो दो इधर 10 रह जूगा, 0 नाल 0 कट्टा जाऊगा, 9 3 27 तो एक्स की वैल्यू किन्नी आ गई 3 आ गई। सो एक्स की वैल्यू 3 आ गई तो 3 4 12 3 5 15 सो 12 ते 15 जी लेंथ ऑफ पैरलर साइड्स आ गई। सो ए की लेंथ जी आ गई 12 आ गई, बी की लेंथ जी 15 आ गई। सो इस तरीके क्वेश्चन पूछे जाते हैं, सिंपल क्वेश्चन सेगा, होपफुली तुहानू ये समझ लग गया होगा ठीक है जी। इस तो बाद आप क्वेश्चन करते हैं फिर एक कि लेंथ ऑफ ट्रेपीजियम ऑफ पैरलर साइड्स, थोड़े क्वेश्चन ही करवाऊँगा तो कि थोड़े चंगी तरह समझ लग जाए। लेंथ ऑफ पैरलर साइड्स ऑफ ट्रेपीजियम इज तुहानू देता मान लो किन्ना ले लगे आप 25 ते 45 ले लो चलो ठीक है 25 ते 45 ठीक है 25 ते 45 तुहानू दित्तियां गईयां ते जिहड़ियां अदर साइड्स आ उह तुहानू बराबर दित्तियां होईयां आ तुहानू 15 देता ते आ वी तुहानू 15 देता ठीक है। सो ए हुण कहिंदे वी एरिया कढ़ो, एरिया ऑफ ट्रेपीजियम ओ कढ़ो ठीक है, एरिया ऑफ ट्रेपीजियम। सो सिंपल जी गल, एरिया ऑफ ट्रेपीजियम की होंदा गा 1/2 लेंथ ऑफ सम ऑफ लेंथ ऑफ पैरलर साइड्स इनटू हाइट। हुण आपां नूं हाइट नहीं पता किन्नी है ठीक है, आपां नूं हाइट जे पता लग जे तां एरिया आराम नाल निकल आऊगा। सो मैनूं इक गल दसो, जे मान लो मैं इत्थे इहनूं पैरलर खिंचदा, इस दे पैरलर खिंचदा तां ए 15 तां वी 15 ठीक है। इहनूं मैं अड करके लिखा, अड करके तो यह अड करके एक पैरलोग्राम बन गई किमें, जे यह 25 है आह 15 आह 15 तो आह भी 25 हो, तो कहने का मतलब जो इतों तो लैके इतों की गल करा तो आह भी 25 होगा 25 अच्छा 25 होगा तो आह कि बच गया, आह बच गया 20 क्योंकि टोटल कि 45। जे आह 20 बच गया तो जे यह 15 ए 15 ट्रैंगल की प्रॉपर्टी, ट्रैंगल की प्रॉपर्टी की जे यह साइडा बराबर आइसोसेलस है तो वो विचकारे जी आप परपेंडिकुलर खिंचा तो वो यदा अद्ध भी करूगा बेस का। इस करके मैं कह रहा पहला प्रीवियस वीडियो देख लियो विच करके समझ नहीं लगना, पहला मैं सारिया प्रॉपर्टीज़ करवाई हुई हूँ, एक क्वेश्चन के तीन तीन प्रॉपर्टीज़ आ गई ठीक है। सो परपेंडिकुलर तो यह अद्ध अद्ध करूगा यानी कि यह 10 है यह भी 10 है ठीक है। सो यह 10 है यह 10 है, सो जे मान लो इतों तक यह 10 है तो यह राइट एंगल ट्रैंगल बन गई, हूँ राइट एंगल ट्रैंगल बन गई, राइट एंगल ट्रैंगल किमें बन गई, आह 10 है आह 15 तो आह आप कढ़ सकते हैं, तो 225 - 100 कि आजगा 125, 125 का रूट करोगे 5√5 आजगा। सो यह कि आ गया 5√5 आ गया, तो हाइट कि आ गई 5√5 आ गई। सो आप हाइट ही क्ढनी सी, सो हम आप एरिया कढ़ सकते हैं 1/2 इंटू सम ऑफ पैरलर साइड्स 25 + 45 आजगा इंटू हाइट आजगी 5√5 आजगा, तो 70 बन गया है, 35 आजगा 35 × 5√5 आजगा 175√5 आंसर आजगा ठीक है, 175√5 यदा आंसर आजगा। सो होपफुली तुहानू यह समझ लग गया होगा ट्रेपीजियम ठीक है। सो यह तरीके नाल पूछे जा सकते क्वेश्चन, एक आप क्वेश्चन इस तरीके का होर कर लें कि तुहानू चंगी तरह समझ लग जाए। लेंथ ऑफ पैरलर साइड्स तुहानू दित्तियां होईयां जी ठीक है, एक तुहानू देता 10 एक तुहानू देता 20 ठीक है, जिहड़ियां अदर साइड्स वो तुहानू देतियां 13 13 यानी आह 13 ते आह भी 13 ते तुहानू पुछ लै कि हुण जी इहदा एरिया कढ़ो ठीक है, एरिया कढ़ो ते एक तुहानू पुछ लै इहदा डायगनल कढ़ दो, डायगनल एक ही होगा क्योंकि दोनों साइडां बराबर आ जी अड अड होंदे डायगनल अड अड आ जांदे ठीक है। सो जल्दी वीडियो खत्म करनी है मैनू भी काली आ ठीक है। सो एरिया जी कढ़ांगे तो 1/2 लेंथ ऑफ पैरलर साइड्स सम इन्हां दा ते इनटू हाइट हो जूगा, हाइट आपां कढ लांगे उवें ही कि यह हाइट आ जी, ये पैरलर जी मैं गल खिंचा तो आह 13 13 बनूगा ना, 13 तो यह 13 तो उवें ही यह जे पैरलोग्राम बन गई तो यह 10 आ तो आह भी 10 हो, यह 10 आ तो आह भी 10 हो क्योंकि अद्धा तो यह बराबर आ तो यह भी अद्ध हो जूगा, आह 5 रह जू आह 5 रह जू, जे यह 13 तो यह 5 आ यानी कि 169 - 25 तो कि बन जू 144 144 का जी आप रूट करा तो कि बन जूगा 12, तो हाइट कि आ गई 12 आ गई, तो 1/2 इंटू जोड़ इन्हों का 10 ते 20 30 इंटू हाइट, हाइट कि आजू 12 3 4 12 तो कि आ गया जी 120 आ गया। सो सिंपल है, डायगनल तुम्हें आप क्ढना गा, डायगनल मैंने क्ड के तुम कमेंट बॉक्स के दस देना, मैं अगली वीडियो में आऊँगा ठीक है। हूँ थोड़ी जी मैंने काली आ, थैंक्स थोड़ा जहा माफ़ कर देना, मैं पहले ही लेट हो गया ठीक है। सो आप होर नवी नवी वीडियो मिलते रहेंगे जी, धन्यवाद।